ਲੋਕ ਸਭਾ ਚੋਣਾਂ 'ਚ ਆਏ ਦਿਨ ਵੀਡੀਓ ਵਾਇਰਲ ਹੋ ਰਹੇ ਨੇ। ਤਾਜ਼ਾ ਵੀਡੀਓ ਲੁਧਿਆਣਾ ਲੋਕ ਸਭਾ ਇਲਾਕੇ ਦੇ ਅਧੀਨ ਪੈਂਦੇ ਮੁੱਲਾਂਪੁਰ ਦਾ ਹੈ, ਜਿਸ ਵਿੱਚ ਕੁਝ ਵਿਅਕਤੀ ਕਥਿਤ ਤੌਰ ਤੇ ਚੋਣਾਂ ਵਿੱਚ ਨਸ਼ਾ ਵੰਡਣ ਦੀ ਗੱਲ ਕਰ ਰਹੇ ਨੇ। ਪਿੰਡ ਉਹਨੂੰ ਪਤਾ ਵੀ ਕਿਹੜੇ ਪਿੰਡ ਚ ਕਿੰਨੇ ਭਾਈਚਾਰਿਆਂ ਦੀ ਵੋਟ ਹੈ, ਕਿਹੜੇ ਪਿੰਡ ਚ ਕਿਵੇਂ ਕਿਹੜੇ ਪਿੰਡ ਚ ਹੱਥ ਜੋੜਨੇ, ਕਿਹੜੇ ਪਿੰਡ ਚ ਕੋਈ ਪੁਲਿਸ ਦਾ ਦਬਾਅ ਬਣਾਉਣਾ, ਕਿਹੜੇ ਪਿੰਡ ਚ ਕੋਈ ਸ਼ਰਾਬ ਪਿਆਉਣੀ, ਰੱਬ ਨੇ ਮਤਲਬ ਕਿਹੜੇ ਮੇਰਾ ਕਹਿਣਾ ਤੁਹਾਨੂੰ ਤੁਹਾਡੇ ਪਿੰਡ ਦੀ ਸਾਰੀ ਖੇਡ ਦਾ ਪਤਾ। ਅਸੀਂ ਤੁਹਾਨੂੰ ਉੱਥੇ ਬੈਠੇ ਕਹੀ ਜਾਈਏ ਵੀ ਆਏ ਕਰ ਤੂੰ ਆਏ ਕਰ, ਅਸੀਂ ਹੋਰ ਕੁਛ ਕਹੀ ਜਾਈਏ। ਮੇਰਾ ਕਹਿਣ ਦਾ ਮਤਲਬ ਬਿੱਟੂ ਨੂੰ ਜਿਹੜੀ ਸ਼ਹਿਰ ਦੀ ਰਾਜਨੀਤੀ ਹੈ ਪਿੰਡਾਂ ਦਾ ਫਰਕ ਹੈ, ਤੁਸੀਂ ਆਪਣੇ ਹਿਸਾਬ ਨਾਲ ਪਿੰਡ ਦੇਖੋ ਵੀ ਆਪਾਂ ਪਿੰਡ ਕਿਵੇਂ ਚਲਾਉਣਾ। ਵੀਡੀਓ ਨੂੰ ਲੈ ਕੇ ਯੂਥ ਅਕਾਲੀ ਦਲ ਨੇ ਆਰੋਪ ਲਗਾਇਆ ਹੈ। ਵੀਡੀਓ ਵਿੱਚ ਦਿਖ ਰਹੇ ਵਿਅਕਤੀ ਕਾਂਗਰਸੀ ਨੇਤਾ ਹਨ ਜੋ ਚੋਣਾਂ ਵਿੱਚ ਨਸ਼ਾ ਵੰਡਣ ਦੀ ਗੱਲ ਕਰ ਰਹੇ ਹਨ। ਇਸ ਨਾਲ ਕਾਂਗਰਸ ਦੀ ਸੱਚਾਈ ਸਾਹਮਣੇ ਆ ਚੁੱਕੀ ਹੈ। ਚਿਹਰਾ ਕਾਂਗਰਸ ਦਾ ਨੰਗਾ ਹੋ ਗਿਆ। ਮੈਂ ਪੁੱਛਣਾ ਚਾਹੁੰਦਾ ਰਵਨੀਤ ਸਿੰਘ ਬਿੱਟੂ ਨੂੰ, ਮੈਂ ਪੁੱਛਣਾ ਚਾਹੁੰਦਾ ਕੈਪਟਨ ਸਰਕਾਰ ਨੂੰ, ਜਿਹੜੇ ਕੈਪਟਨ ਸੋਹਾਂ ਖਾ ਕੇ, ਜਿਹੜੇ ਕੈਪਟਨ ਸਰਕਾਰ ਕੈਪਟਨ ਸਾਹਿਬ ਨੇ ਸੋਹਾਂ ਖਾਧੀਆਂ ਸੀ ਅਤੇ ਉਹ ਕਹਿੰਦੇ ਸੀ ਵੀ ਨਸ਼ਾ ਖਤਮ ਕਰਕੇ, ਨਸ਼ਾ ਤਾਂ ਉਹ ਆਪ ਵੰਡਣ ਦੀ ਗੱਲ ਕਰ ਰਿਹਾ, ਪੈਸਾ ਵੰਡਣ ਦੀ ਗੱਲ ਕਰਦੇ ਆ, ਕਿੱਥੇ ਗਈਆਂ ਸੋਹਾਂ। ਇੱਥੋਂ ਪਤਾ ਲੱਗਦਾ ਵੀ ਕਾਂਗਰਸ ਨੇ ਹਮੇਸ਼ਾ ਹੀ ਇਹ ਉਲਟ ਅਤੇ ਝੂਠ ਦੀ ਰਾਜਨੀਤੀ ਕੀਤੀ ਹੈ। ਇਸੇ ਦੀ ਸ਼ਿਕਾਇਤ ਕਰੋ, ਬਿਲਕੁਲ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ। ਅਸੀਂ ਆਖਿਰ ਤੱਕ ਲੜਾਂਗੇ, ਜਿਹੜੇ ਝੂਠੇ ਵਾਅਦੇ ਕਰਕੇ, ਝੂਠੀਆਂ ਗੱਲਾਂ ਕਰਕੇ ਪਰ ਕਰਦੇ ਉਹ ਸਾਰਾ ਕੰਮ ਆਪ ਹੈ ਅਤੇ ਦੂਜੇ 'ਤੇ ਲੱਚ ਲਾਉਂਦੇ ਅਤੇ ਜਿਹੜੀ ਬਣਦੀ ਇਲੈਕਸ਼ਨ ਕਮਿਸ਼ਨ ਦੀ ਕੰਪਲੇਂਟ ਜ਼ਰੂਰ ਕਰਾਂਗੇ। ਜਦਕਿ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ਼ ਵਿਰੋਧੀ ਗਲਤ ਵੀਡੀਓ ਲੈ ਰਹੇ ਨੇ, ਹਾਲਾਂਕਿ ਉਹ ਨਸ਼ੇ ਦੇ ਖਿਲਾਫ਼ ਹਨ ਪਰ ਮਾਮਲੇ 'ਚ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਬੜੀ ਵੱਡੀ ਗੱਲ ਆ, ਵੀਡੀਓ ਤਾਂ ਰੋਜ਼ ਜਾਲੀ ਵਾਇਰਲ ਹੁੰਦੀਆਂ ਹੈ, ਇਹ ਤਾਂ ਡਬਿੰਗ ਕਰਕੇ ਮੈਂ ਤੈਨੂੰ ਪਹਿਲਾਂ ਦੱਸਿਆ ਵੀ ਰੋਜ਼ ਕਰਨੀ ਆ, ਜਿੰਨੇ ਦਿਨ ਰਹਿ ਗਏ ਨਾ ਇਲੈਕਸ਼ਨ ਦੇ ਇਹ ਰੋਜ਼ ਵੀਡੀਓ ਆਉਣੀ ਇਸ ਤਰੀਕੇ ਦੀਆਂ, ਇਹ ਕੋਈ ਨਵੀਂ ਗੱਲ ਨਹੀਂ, ਉਹ ਮੇਰੇ 'ਤੇ ਕੋਈ ਧੱਬਾ ਨਹੀਂ ਕਿ ਉਹ ਇਹੋ ਜਿਹੀਆਂ ਬਣਾ ਰੋਜ਼ ਜਦੋਂ ਸਪੀਚ ਮੈਂ ਹੁਣ ਤੁਹਾਡੇ ਮੂਹਰੇ ਕੁਛ ਕਰਦਾ ਮੇਰੇ ਮੂੰਹਾਂ 'ਤੇ ਬੋਲਦੇ ਪਾ, ਮੈਂ ਤੁਹਾਨੂੰ ਪਹਿਲੇ ਦਿਨ ਕਿਹਾ ਤਾ ਸੀ ਜਿੱਦਣ ਵੀਡੀਓ ਆਈ ਸੀ ਵੀ ਲਗਾਤਾਰ ਰੋਜ਼ ਇੱਕ ਵੀਡੀਓ ਆਏ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਆਰੋਪ ਲਗਾਇਆ ਹੈ ਕਿ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਉਹਨਾਂ ਦੇ ਸਮਰਥਕ ਸੱਤਾ ਦਾ ਦੁਰਉਪਯੋਗ ਕਰ ਰਹੇ ਨੇ। ਉਹਨਾਂ ਨੇ ਭਾਰਤੀ ਚੋਣ ਕਮਿਸ਼ਨ ਤੋਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਗਰੇਵਾਲ ਨੇ ਰਵਨੀਤ ਸਿੰਘ ਬਿੱਟੂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਸਰਦੂਲਗੜ੍ਹ ਤੋਂ ਯੁਵਾ ਕਾਂਗਰਸ ਦੇ ਨੇਤਾ ਵਿਕਰਮਜੀਤ ਸਿੰਘ ਮੋਫਰ ਦੀ ਇੱਕ ਵੀਡੀਓ ਕਲਿੱਪ ਨੂੰ ਪੇਸ਼ ਕੀਤਾ, ਜਿਸ ਵਿੱਚ ਸੁਣਿਆ ਜਾ ਸਕਦਾ ਹੈ ਕਿ ਬਿੱਟੂ ਦੇ ਸਮਰਥਕ ਚੋਣ ਜਿੱਤਣ ਲਈ ਹਰ ਤਰੀਕਾ ਅਪਣਾਉਣ ਦੀ ਗੱਲ ਕਰ ਰਹੇ ਨੇ। ਉਹਨਾਂ ਕਿਹਾ ਕਿ ਇਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਪਾਰਟੀ ਅਤੇ ਉਸਦੇ ਨੇਤਾ ਆਪਣੀ ਹਾਰ ਦੇਖ ਕੇ ਨਿਰਾਸ਼ ਹੋ ਚੁੱਕੇ ਨੇ ਪਰ ਕਾਂਗਰਸ ਨੂੰ ਆਪਣੇ ਵਿਰੋਧੀਆਂ ਦੇ ਖਿਲਾਫ਼ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ। ਤੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਅੱਜ ਇਹ ਮੰਗ ਕਰਦੇ ਹਾਂ ਚੀਫ਼ ਇਲੈਕਸ਼ਨ ਕਮਿਸ਼ਨ ਤੋਂ ਕਿ ਜਿਹੜੀ ਮਸ਼ੀਨਰੀ ਹੈ ਇੱਥੇ ਡਿਸਟ੍ਰਿਕਟ ਲੈਵਲ 'ਤੇ ਇਲੈਕਸ਼ਨ ਕਮਿਸ਼ਨ ਵਾਲੀ ਇਲੈਕਸ਼ਨ 'ਚ ਇਨਵੋਲਵ, ਉਹ ਆਪਣੀ ਡਿਊਟੀ ਪੂਰੀ ਤਰ੍ਹਾਂ ਸੁਚੇਤ ਹੋ ਕੇ ਨਹੀਂ ਨਿਭਾ ਰਹੀ। ਉਹ ਕਾਂਗਰਸ ਦੇ ਕੈਂਡੀਡੇਟ ਦੀ ਇਨਡਾਇਰੈਕਟ ਸਪੋਰਟ ਕਰ ਰਹੀ ਹੈ,
ਜਿਹੜਾ ਫਰੀ ਐਂਡ ਫੇਅਰ ਇਲੈਕਸ਼ਨ ਦੇ ਕਨਸੈਪਟ ਦੇ ਉਲਟਾ ਹੈ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਟੋਲਰੇਟ ਨਹੀਂ ਕਰੂ। ਤੁਸੀਂ ਕੰਪਲੇਂਟ ਭੇਜ ਵੀ ਰਹੇ ਹਾਂ, ਵੀਡੀਓ ਜਿਹੜੀ ਹੈ ਉਹ ਆਲਰੇਡੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ, ਹੂਇਜ਼ ਦੀ ਚੀਫ ਰਿਟਰਨਿੰਗ ਅਫਸਰ, ਉਹਨੂੰ ਭੇਜਤੀ ਹੈ, ਕਮਿਸ਼ਨਰ ਪੁਲਿਸ ਨੂੰ ਭੇਜਤੀ ਹੈ, ਅਤੇ ਪ੍ਰੈਸ ਕਾਨਫਰੰਸ ਸਾਨੂੰ ਤਾਂ ਕਰਨੀ ਪਈ ਹੈ ਕਿ ਸਵੇਰ ਦੀ ਵੀਡੀਓ ਭੇਜਣ ਤੋਂ ਬਾਅਦ ਹੁਣ ਤੱਕ ਇਹਨਾਂ ਲੋਕਾਂ 'ਤੇ ਕੋਈ ਪਰਚਾ ਦਰਜ ਨਹੀਂ ਹੋਇਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।